ਸਪੀਕਰ ਸਾਹਿਬ, ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ, ਵੱਡੇ ਵੱਡੇ ਖੱਡੇ ਪਏ ਹੋਏ ਨੇ। ਕਿਰਪਾ ਕਰਕੇ ਰੋਡ ਬਣਾਏ ਜਾਣ ਜੀ, ਜਿਹੜੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆਸਾਨੀ ਹੋਵੇ, ਅਸੀਂ ਲੋਕਾਂ ਦੇ ਵਿੱਚ ਜਾਣ ਜੋਗੇ ਰਹਿ ਜਾਈਏ ਜੀ। ਇਹ ਬਹੁਤ ਸੜਕ ਦੀ ਹਾਲਤ ਖਰਾਬ ਹੈ। ਮੇਰੇ ਹਲਕੇ ਦੇ ਵਿੱਚ ਦੋ ਸੜਕਾਂ ਪੈਂਦੀਆਂ ਜੀ, ਹਲਵਾਰੇ ਤੋਂ ਪੱਖੋਵਾਲ ਅਤੇ ਰੈਕੋਟ ਤੋਂ ਪੱਖੋਵਾਲ, ਬਹੁਤ ਹੀ ਜ਼ਿਆਦਾ ਖਸਤਾ ਹਾਲਤ ਆ ਉਹਦੀ। ਕੁਛ ਸੜਕਾਂ ਜਿਹੜੀਆਂ ਉਹਨਾਂ ਦੀ ਵਿੱਥ ਘੱਟ ਹੋਣ ਕਰਕੇ ਲਗਾਤਾਰ ਉੱਥੇ ਹਾਦਸੇ ਹੋ ਰਹੇ ਆ। ਇੱਕ ਫੈਕਟਰੀ ਰੋਡ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ, ਜਿਹਦੇ ਕਾਰਨ ਬੱਸਾਂ ਬੱਸ ਸਟੈਂਡ 'ਚ ਨਹੀਂ ਜਾ ਰਹੀਆਂ। ਨੈਸ਼ਨਲ ਹਾਈਵੇ ਨੂੰ ਬਹੁਤ ਵਾਰੀ ਫੋਨ, PD ਜਿਹੜਾ ਪ੍ਰੋਜੈਕਟ ਡਾਇਰੈਕਟਰ ਆ, ਉਹਨੂੰ ਬਹੁਤ ਵਾਰੀ ਫੋਨ ਕਰ ਚੁੱਕੇ ਹਾਂ ਅਤੇ ਉਹ ਸੜਕ ਟੁੱਟੀ ਪਈ ਆ। ਇੱਕ ਜਿਹੜਾ ਚੈਨਲ ਕਦੇ ਪੱਟ ਲੈਂਦੇ ਨੇ, ਕਦੇ ਬਣਾ ਲੈਂਦੇ ਨੇ। ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ, ਮੈਨੂੰ ਦੇਰ ਬਾਅਦ ਬੋਲਿਆ ਦਾ ਤੁਸੀਂ ਮੌਕਾ ਦਿੱਤਾ। ਅਪੁਰੀ ਸਾਹਿਬ ਕੁਝ ਬੋਲ ਕੇ ਆਇਆ। ਹਾਂਜੀ ਸਪੀਕਰ ਸਾਹਿਬ, ਮੈਂ ਤੁਹਾਡੇ ਜ਼ਰੀਏ, ਮੰਤਰੀ ਸਾਹਿਬ ਵੀ ਚਲੇ ਗਏ, ਸਪੀਕਰ ਸਾਹਿਬ, ਮੇਰਾ ਹਲਕਾ ਸ਼ੁਤਰਾਣਾ ਹੈ ਔਰ ਅਸੀਂ ਹੜ੍ਹ ਦੇ ਪੀੜਤਾਂ ਜ਼ਿਲ੍ਹੇ ਪਟਿਆਲੇ ਵਾਲੇ ਸਾਰੇ। ਸਪੀਕਰ ਸਾਹਿਬ, ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ, ਵੱਡੇ ਵੱਡੇ ਖੱਡੇ ਪਏ ਹੋਏ ਨੇ, ਡਰਦਾ ਕੋਈ ਲੰਘਦਾ ਨਹੀਂ, ਕਿਨਾਰੀਆਂ ਖਾਲੀ ਹੋ ਗਈਆਂ, ਉਹਨਾਂ 'ਤੇ ਮਿੱਟੀ ਨਹੀਂ ਲੱਗ ਰਹੀ। ਕਿਰਪਾ ਕਰਕੇ ਰੋਡ ਬਣਾਏ ਜਾਣ ਜੀ, ਜਿਹੜੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆਸਾਨੀ ਹੋਵੇ, ਅਸੀਂ ਲੋਕਾਂ ਦੇ ਵਿੱਚ ਜਾਣ ਜੋਗੇ ਰਹਿ ਜਾਈਏ ਜੀ, ਕਿਉਂਕਿ ਰੌਲਾ ਬਹੁਤ ਪੈਂਦਾ। ਕਿਰਪਾ ਕਰਕੇ ਜਲਦ ਆ ਜਿਹੜਾ ਉਹ ਕੰਮ ਸ਼ੁਰੂ ਕਰਵਾ ਦਿਓ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਜ਼ਰੂਰੀ ਜਿਹੜਾ ਮਸਲਾ, ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ। ਖਨੌਰੀ ਤੋਂ ਮੰਡਵੀ ਤੱਕ ਸਾਡੇ ਸੜਕ ਹੈ। ਮੈਂ ਪਿਛਲੀ ਵਾਰ ਵੀ ਸਦਨ ਦੇ ਵਿੱਚ ਜ਼ਿਕਰ ਕੀਤਾ ਸੀ, ਪਰ ਉਹਦਾ ਕੋਈ ਹੱਲ ਨਹੀਂ ਨਿਕਲਿਆ ਸਰ। ਖਨੌਰੀ ਤੋਂ ਮੰਡਵੀ ਤੱਕ ਦੀ ਸੜਕ ਇਸ ਹੱਦ ਤੱਕ ਖਰਾਬ ਹੈ ਕਿ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੇ ਇੱਕੋ ਹੀ ਬੱਸ ਚੱਲਦੀ ਸੀ ਉੱਥੇ। ਅਤੇ ਪਿਛਲੇ ਦਿਨੀ ਬੱਸ ਵਾਲਿਆਂ ਨੇ ਜਵਾਬ ਦਿੱਤਾ ਕਿ ਇਹ 10 ਕਿਲੋਮੀਟਰ ਤੈਅ ਕਰਨ ਲਈ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਅਤੇ ਅਸੀਂ ਆਪਣੇ ਡੈਸਟੀਨੇਸ਼ਨ 'ਤੇ ਸਹੀ ਸਮੇਂ 'ਤੇ ਪਹੁੰਚ ਨਹੀਂ ਸਕਦੇ। ਉਹ ਬੱਸ ਹੁਣ ਭਾਖੜਾ ਕਿਨਾਰੇ ਖੜ੍ਹਦੀ ਆ ਅਤੇ ਲੋਕ ਉੱਥੋਂ, ਬੱਸ ਦਾ ਟਾਈਮ ਹੈ ਸਵੇਰੇ 4:55 'ਤੇ, ਉੱਥੋਂ ਲੋਕ ਪੈਦਲ ਜਾ ਕੇ ਸਰ ਉਸ ਬੱਸ 'ਤੇ ਚੜ੍ਹਦੇ ਆ। ਇਹ ਬਹੁਤ ਸੜਕ ਦੀ ਹਾਲਤ ਖਰਾਬ ਹੈ। ਬੱਸ ਸੜਕ ਦੀ ਹਾਲਤ ਠੀਕ ਕੀਤੀ ਜਾਵੇ। ਦੂਜੀ ਸਰ, ਲਹਿਰੇ ਤੋਂ ਲੈ ਕੇ ਮੂਨਕ ਤੱਕ ਸੜਕ ਹੈ, ਜਿਹੜੀ ਸੜਕ ਸਾਰੇ ਹਰਿਆਣੇ ਨੂੰ, ਜਦੋਂ ਹਰਿਆਣੇ ਦੀ ਐਂਟਰੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੁੰਦੀ ਹੈ ਸਰ, ਤਾਂ ਸਾਰੀ ਉਹ ਸੜਕ ਦੇ ਰਾਹੀਂ ਹੁੰਦੀ ਹੈ। ਹਲਵਾਰਾ ਏਅਰਪੋਰਟ ਆ ਜਿਹੜਾ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਜਿਹੜਾ ਬਣਿਆ ਵਾ, ਉਹ ਮੇਰੇ ਖਿਆਲ ਕੰਪਲੀਟ ਹੋ ਚੁੱਕਿਆ ਜੀ। ਉਹਨੂੰ ਜਲਦੀ ਤੋਂ ਜਲਦੀ ਹੈ ਜਿਹੜਾ ਚਾਲੂ ਕਰਾਇਆ ਜਾਵੇ। ਇੱਕ ਹਲਵਾ ਮੇਰੇ ਹਲਕੇ ਦੇ ਵਿੱਚ ਦੋ ਸੜਕਾਂ ਪੈਂਦੀਆਂ ਜੀ, ਹਲਵਾਰੇ ਤੋਂ ਪੱਖੋਵਾਲ ਅਤੇ ਰੈਕੋਟ ਤੋਂ ਪੱਖੋਵਾਲ, ਬਹੁਤ ਹੀ ਜ਼ਿਆਦਾ ਖਸਤਾ ਹਾਲਤ ਆ ਉਹਦੀ। ਅਤੇ ਉਹਨੂੰ ਮੈਂ ਬੇਨਤੀ ਪਹਿਲਾਂ ਵੀ ਮੰਤਰੀ ਸਾਹਿਬ ਨੂੰ ਕਰ ਚੁੱਕਿਆ ਵਾ, ਜਲਦੀ ਉਹਨੂੰ ਬਣਵਾਇਆ ਜਾਵੇ। ਇੱਕ ਜੁਡੀਸ਼ੀਅਲ ਕੰਪਲੈਕਸ ਮੇਰੇ ਹਲਕੇ ਦੇ ਵਿੱਚ ਮਨਜ਼ੂਰ ਹੋਇਆ ਵਾ। ਸਪੀਕਰ ਸਾਹਿਬ, ਮੇਰਾ ਮੋਗਾ ਹਲਕਾ ਚਾਰੋਂ ਸਾਈਡਸ ਤੋਂ ਨੈਸ਼ਨਲ ਹਾਈਵੇ ਦੇ ਨਾਲ ਘਿਰਿਆ ਹੋਇਆ, ਬਟ ਜਿਹੜੀਆਂ ਸੜਕਾਂ ਇਹਨਾਂ ਨੈਸ਼ਨਲ ਹਾਈਵੇ ਦੇ ਨਾਲ ਜਾ ਕੇ ਮਿਲਦੀਆਂ ਨੇ, ਉਹਨਾਂ 'ਚੋਂ ਕੁਛ ਸੜਕਾਂ ਜਿਹੜੀਆਂ ਉਹਨਾਂ ਦੀ ਵਿੱਥ ਘੱਟ ਹੋਣ ਕਰਕੇ ਲਗਾਤਾਰ ਉੱਥੇ ਹਾਦਸੇ ਹੋ ਰਹੇ ਆ। ਜਿਸ ਤਰ੍ਹਾਂ ਸੂਬੇਦਾਰ ਜਗਿੰਦਰ ਸਿੰਘ ਚੌਂਕ ਤੋਂ ਲੋਹਾਰਾ ਚੌਂਕ ਨੂੰ ਸੜਕ ਜਾਂਦੀ ਹੈ, ਇੱਕ ਸਾਡੀ ਮੋਗਾ ਜੀਰਾ ਰੋਡ ਨੂੰ ਜਾਂਦੀ ਹੈ, ਇੱਕ ਸਾਡਾ ਮੋਗਾ ਤੋਂ ਕੋਟਕਪੂਰਾ ਰੋਡ ਜਿਹੜਾ ਹੈਗਾ, ਇਹਨਾਂ ਦੀ ਵਿੱਥ ਦਾ ਜਿਹੜਾ ਹੈਗੀ ਆ ਉਹਨੂੰ ਵਾਈਡਨ ਅਪ ਕੀਤਾ ਜਾਵੇ ਜਲਦ ਤੋਂ ਜਲਦ, ਤਾਂ ਕਿ ਸਾਡੇ ਮੋਗੇ ਹਲਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੁਖਬੀਰ ਸਿੰਘ ਜੀ, ਮਾਇਸਰਖਾਨਾ। ਧੰਨਵਾਦ ਮਾਨਯੋਗ ਸਪੀਕਰ ਸਾਹਿਬ। ਸਾਡਾ ਮੌੜ ਮੰਡੀ ਦਾ ਇੱਕ ਬੜਾ ਗੰਭੀਰ ਮਸਲਾ, ਜਿਹੜਾ ਪਹਿਲਾਂ ਵੀ ਮੈਂ ਸਦਨ ਦੇ ਵਿੱਚ ਬੋਲਿਆ ਸੀ ਕਿ ਸੀਵਰੇਜ ਦਾ,
ਹੁਣ ਸੀਵਰੇਜ ਦਾ ਜਿਹੜਾ ਸਾਰਾ ਉਹ ਪ੍ਰੋਜੈਕਟ ਪਾਸ ਵੀ ਹੋ ਚੁੱਕਿਆ ਹੈ 23,91,00,000 ਰੁਪਈਆ। ਜੇ ਸਰਕਾਰ ਆਪ ਜੀ ਦੇ ਮਾਧਿਅਮ ਜ਼ਰੀਏ ਪਹੁੰਚਾਉਣਾ ਚਾਹੁੰਦਾ ਸਰਕਾਰ ਤੱਕ, ਜੇ ਇਹ ਗ੍ਰਾਂਟ ਜਾਰੀ ਹੋ ਜੇ ਤਾਂ ਬਹੁਤ ਵੱਡੀ ਜਿਹੜੀ ਸਮੱਸਿਆ ਦਾ ਹੱਲ ਹੋ ਜੇ। ਸਾਰੀਆਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ, ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ, ਇੱਥੋਂ ਤੱਕ ਕਿ ਇੱਕ ਫੈਕਟਰੀ ਰੋਡ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ, ਜਿਹਦੇ ਕਾਰਨ ਬੱਸਾਂ ਬੱਸ ਸਟੈਂਡ 'ਚ ਨਹੀਂ ਜਾ ਰਹੀਆਂ, ਜਿਹਦੇ ਕਾਰਨ 3-3 ਕਿਲੋਮੀਟਰ 'ਤੇ ਆਸ ਪਾਸ ਦੇ ਪਿੰਡਾਂ ਅਤੇ ਹਲਕਿਆਂ ਤੋਂ ਆਉਣ ਵਾਲੀਆਂ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ। ਮੈਂ ਆਪ ਜੀ ਦੇ ਮਾਧਿਅਮ ਜ਼ਰਾ ਬੇਨਤੀ ਕਰਨਾ ਚਾਹੁੰਦਾ, ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜਿਹੜਾ ਮੇਰਾ ਮੁੱਦਾ ਨੈਸ਼ਨਲ ਹਾਈਵੇ ਦਾ, ਜਿਹੜਾ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ਪ੍ਰੋਜੈਕਟ ਚੱਲ ਰਿਹਾ ਵਾ, ਅਤੇ ਉਹ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਹਲਕਾ ਈਸਟ ਲੱਗਦਾ, ਹਲਕਾ ਪੂਰਬੀ ਲੱਗਦਾ, ਅਤੇ ਉੱਥੇ ਜਿਹੜੇ ਕੰਮ ਚੱਲ ਰਹੇ ਨੇ ਉਹਦੇ ਕਰਕੇ ਇੰਨੀ ਦਿੱਕਤ ਆਉਂਦੀ ਹੈ। ਤਕਰੀਬਨ ਡੇਲੀ ਉੱਥੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ, ਮਤਲਬ ਕਿ ਹਫ਼ਤੇ 2-3 ਮੌਤਾਂ ਹੋ ਜਾਂਦੀਆਂ ਨੇ। ਨੈਸ਼ਨਲ ਹਾਈਵੇ ਨੂੰ ਬਹੁਤ ਵਾਰੀ ਫੋਨ, ਪੀ ਡੀ ਜਿਹੜਾ ਪ੍ਰੋਜੈਕਟ ਡਾਇਰੈਕਟਰ ਆ ਉਹਨਾਂ ਨੂੰ ਬਹੁਤ ਵਾਰੀ ਫੋਨ ਕਰ ਚੁੱਕੇ ਹਾਂ, ਅਤੇ ਉਹ ਸੜਕ ਟੁੱਟੀ ਪਈ ਹੈ, ਇੱਕ ਜਿਹੜਾ ਚੈਨਲ ਕਦੇ ਪੱਟ ਲੈਂਦੇ ਨੇ ਕਦੇ ਬਣਾ ਲੈਂਦੇ ਨੇ, ਅਤੇ ਉਹਦੇ ਕਰਕੇ ਬਹੁਤ ਦਿੱਕਤ ਆਉਂਦੀ ਹੈ। ਅਤੇ ਉਹ ਔਰ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਨੇ ਉਹ ਤਕਰੀਬਨ ਜਦੋਂ ਫੋਨ ਕਰਦੇ ਹਾਂ 2-4 ਦਿਨ ਜਗਦੀਆਂ ਨੇ, ਮੁੜ ਕੇ ਬੰਦ ਹੋ ਜਾਂਦੀਆਂ ਨੇ। ਉਸ ਤੋਂ ਇਲਾਵਾ ਸਫਾਈ ਜਿਹੜੀ ਨੈਸ਼ਨਲ ਹਾਈਵੇ ਨੇ ਕਰਨੀ ਹੁੰਦੀ ਆ, ਉਹ ਸਫਾਈ ਦਾ ਕੋਈ ਪ੍ਰਬੰਧ ਨਹੀਂ, ਜਾਂ ਠੇਕੇਦਾਰ ਆਪਣੇ ਪੈਸੇ ਲਈ ਜਾ ਰਿਹਾ ਵਾ ਪਰ ਸਫਾਈ ਨਹੀਂ ਹੋ ਰਹੀ। ਇਹਦੇ ਬਾਰੇ ਪੂਰਾ ਧਿਆਨ ਦਿੱਤਾ ਜਾਵੇ, ਮੈਂ ਤੁਹਾਡੇ ਜੀ ਮੁੜ ਕੇ ਬੇਨਤੀ ਕਰਨੀ ਚਾਹੁੰਦਾ ਸੰਬੰਧਿਤ ਅਫਸਰ ਸਾਹਿਬਾਨਾਂ ਨੂੰ, ਉਹਦੇ ਨਾਲ ਟਾਈ ਅਪ ਕਰਕੇ ਇਹ ਜਿਹੜੀਆਂ ਰੋਡ ਖਰਾਬ ਹੋਏ ਨੇ ਜਾਂ ਪੱਟੇ ਹੋਏ ਨੇ ਜਾਂ ਚੈਨਲ ਪੱਟੇ ਹੋਏ ਨੇ ਉਹ ਠੀਕ ਕੀਤੇ ਜਾਣ, ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ, ਜਿਹੜੀਆਂ ਮੌਤਾਂ ਹੋ ਰਹੀਆਂ, ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਬਚ ਸਕਣ। ਇਹ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰੀ ਮੁੱਦਾ ਵਾ, ਪੂਰੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਸਾਰੇ ਸਿੰਘ ਸਿੱਧੂ।